ਸੂਬੇ ਵਿੱਚ ਚੋਰ ਗਰੋਹ ਪੂਰੀ ਤਰ੍ਹਾਂ ਸਕ੍ਰਿਯ ਨੇ ਅਤੇ ਹੁਣ ਜਿਹੜੀਆਂ ਚੋਰੀਆਂ ਨੇ ਉਹ ਦੁਕਾਨਾਂ ਅਤੇ ਘਰਾਂ ਤੋਂ ਬਾਅਦ ਬੈਂਕਾਂ ਵਿੱਚ ਵੀ ਹੋਣ ਲੱਗ ਪਈਆਂ ਨੇ। ਇਸ ਵੇਲੇ ਅਸੀਂ ਕਪੂਰਥਲਾ ਗੋਂਦਵਾਲ ਰੋਡ ਤੇ ਖੜੇ ਆ ਔਰ ਇੱਥੋਂ ਦੇ ਇੱਕ ਨਿੱਜੀ ਬੈਂਕ ਐਕਸਿਸ ਬੈਂਕ ਵਿੱਚ ਦੇਰ ਰਾਤ ਜਿਹੜੇ ਚੋਰ ਸੀਗੇ ਉਹ ਚਲੇ ਗਏ ਸੀ ਔਰ ਚੋਰਾਂ ਨੇ ਇਸ ਬੈਂਕ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅਸੀਂ ਤੁਹਾਨੂੰ ਤਸਵੀਰਾਂ 'ਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਲੁੱਟ ਕਿਸ ਤਰ੍ਹਾਂ ਹੋਈ ਹੈ। ਇਹ ਬੈਂਕ ਦੀ ਮੇਨ ਐਂਟਰੀ ਹੈ, ਇੱਥੋਂ ਬੈਂਕ ਦੇ ਵਿੱਚ ਲੋਕ ਰੋਜ਼ਾਨਾ ਆਉਣ ਜਾਣ ਕਰਦੇ ਨੇ ਔਰ ਤੁਹਾਨੂੰ ਨਾਲ ਦਿਖਾ ਦਿੰਦੇ ਹਾਂ ਕਿ ਇਸ ਦੇ ਨਾਲ ਦੁਕਾਨਾਂ ਨੇ, ਕਿੱਥੇ ਨਾ ਕਿੱਥੇ ਕੋਈ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਹੈ ਔਰ ਇਸੇ ਤਰ੍ਹਾਂ ਹੋਰ ਵੀ ਦੁਕਾਨਾਂ ਨੇ। ਠੀਕ ਇਸੇ ਤਰ੍ਹਾਂ ਜਿਸ ਤਰ੍ਹਾਂ CCTV ਆਈ ਹੈ, ਬੈਂਕ ਦੇ ਬਾਹਰੋਂ ਜਿਹੜੇ ਚੋਰ ਨੇ ਇਸ ਦਰਵਾਜ਼ੇ ਤੋਂ ਅੰਦਰ ਨਹੀਂ ਜਾਂਦੇ। ਇਹ ਦਰਵਾਜ਼ਾ ਮੁੱਖ ਦਰਵਾਜ਼ਾ ਹੈ, ਇਸ ਦੇ ਨਾਲ ਹੀ ਇੱਕ ਰਸਤਾ ਹੈ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ। ਇਹ ਰਸਤਾ ਹੈ ਔਰ ਇਸ ਰਸਤੇ ਦੇ ਵਿੱਚ ਨਾਲ ਫਿਰ ਦੁਕਾਨਾਂ ਨੇ, ਅਲੱਗ ਅਲੱਗ ਸਮਾਨ ਜਿੱਥੇ ਮਿਲਦਾ ਹੈ, ਬਿਲਡਿੰਗ ਮਟੀਰੀਅਲ ਦੀ ਦੁਕਾਨ ਹੈ ਔਰ ਇਹ ਕਿ ਰਸਤਾ ਹੈ, ਪੈਸੇਜ ਹੈ। ਇਸ ਪੈਸੇਜ ਦੇ ਵਿੱਚ ਸਾਨੂੰ ਜੇ ਦੱਸਿਆ ਜਾਂਦਾ ਹੈ ਕਿ ਜਿਹੜੇ ਚੋਰ ਨੇ ਉਹ ਜਾਂਦੇ ਨੇ ਔਰ ਇਸ ਪੈਸੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਪੈਸੇਜ ਬੰਦ ਹੈ, ਇਹ ਰਸਤਾ ਬੰਦ ਹੈ ਔਰ ਇੱਥੇ ਗੰਦਗੀ ਹੈ ਔਰ ਕਿੱਥੇ ਨਾ ਕਿੱਥੇ ਜਿਹੜਾ ਗੰਦ ਹੈ ਉਹ ਫੈਲਿਆ ਹੋਇਆ ਹੈ। ਪਰ ਉਸ ਤੋਂ ਬਾਅਦ ਅਸਲੀ ਚੋਰੀ ਦੀ ਵਾਰਦਾਤ ਸ਼ੁਰੂ ਹੁੰਦੀ ਹੈ ਇੱਥੋਂ ਔਰ ਇਹ ਉਹ ਬੈਂਚ ਹੈ ਜਿਸ ਨੂੰ ਇਸਤੇਮਾਲ ਕੀਤਾ ਗਿਆ, ਇਸ ਦੀਵਾਰ ਨੂੰ। ਇਹ ਦੀਵਾਰ ਦੀ ਬੈਂਕ ਹੈ, ਬੈਂਕ ਦੀ ਦੀਵਾਰ ਹੈ ਔਰ ਇਹ ਬੈਂਕ ਦੀ ਦੀਵਾਰ ਨੂੰ ਤੋੜਨ ਵਾਸਤੇ ਇਸ ਬੈਂਚ ਨੂੰ ਇਸਤੇਮਾਲ ਕੀਤਾ ਗਿਆ ਹੈ ਔਰ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਦੇਖ ਪਾਓਗੇ ਕਿ ਇਸ ਬੈਂਚ ਦੇ ਸਹਾਰੇ ਉੱਪਰ ਚੜ੍ਹ ਕੇ, ਇਸ ਬੈਂਚ ਦੇ ਉੱਪਰ ਚੜ੍ਹ ਕੇ, ਕਿਉਂਕਿ ਹੁਣ ਇਹਦੇ ਹਾਲਾਤ ਖਸਤਾ ਨੇ, ਤਾਂ ਇਹ ਇਸ ਰਸਤੇ ਤੋਂ ਤੁਸੀਂ ਦੇਖੋਗੇ ਕਿ ਬੈਂਕ ਦੀ ਇਸ ਦੀਵਾਰ ਨੂੰ ਇਸ ਜਗ੍ਹਾ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਜਿਹੜੇ ਵੱਡੇ ਵੱਡੇ ਪੋਲ ਲਗਾ ਕੇ, ਲੱਕੜ ਦੇ ਪੋਲ ਲਗਾ ਕੇ ਇੱਥੋਂ ਬੈਂਕ ਦੀ ਦੀਵਾਰ ਨੂੰ ਤੋੜਿਆ ਗਿਆ ਹੈ ਔਰ ਦੱਸਿਆ ਇਹ ਜਾਂਦਾ ਹੈ ਕਿ ਇਹ ਬੈਂਕ ਦੀ ਦੀਵਾਰ ਜਿਹੜੀ ਹੈ ਕਾਫੀ ਮਜ਼ਬੂਤ ਨਹੀਂ ਸੀ। ਇਹ ਬੈਂਕ ਦੀ ਦੀਵਾਰ ਸਿਰਫ ਦੱਸਿਆ ਜਾਂਦਾ ਕਿ 4 ਇੰਚੀ ਜਿਸ ਨੂੰ ਕਿਹਾ ਜਾਂਦਾ, ਇੱਕ ਇੱਟ ਦੇ ਨਾਲ ਬਣੀ ਹੋਈ ਦੀਵਾਰ ਸੀ। ਇੱਥੋਂ ਚੋਰਾਂ ਨੇ ਇਸ ਦੀਵਾਰ ਨੂੰ ਤੋੜਿਆ ਹੈ। ਤੋੜਨ ਤੋਂ ਬਾਅਦ ਉਹ ਅੰਦਰ ਦਾਖਲ ਹੁੰਦੇ ਨੇ। ਦੱਸਿਆ ਜਾਂਦਾ ਹੈ ਕਿ ਅੰਦਰ ਜਾ ਕੇ ਉਹ ਗੈਸ ਕਟਰ ਦੇ ਨਾਲ ਬੈਂਕ 'ਚ ਜਿਹੜਾ ਕੈਸ਼ ਦਾ ਸੇਫ ਹੁੰਦਾ ਹੈ ਉਸਨੂੰ ਤੋੜਦੇ ਨੇ ਔਰ ਫਿਰ ਉਸ ਤੋਂ ਬਾਅਦ ਕੈਸ਼ ਲੈ ਕੇ ਇਸੇ ਰਸਤੇ ਤੋਂ ਵਾਪਸ ਨਿਕਲਦੇ ਨੇ। ਇਹ ਕੁਛ ਕਾਗਜ਼ਾਤ ਨੇ, ਬੈਂਕ ਦੇ ਡਾਕੂਮੈਂਟ ਨੇ ਜੋ ਚੋਰ ਅੰਦਰੋਂ ਜਲਦਬਾਜ਼ੀ 'ਚ ਨਾਲ ਲਿਆਉਂਦੇ ਨੇ, ਪਰ ਉਸ ਤੋਂ ਬਾਅਦ ਇਸ ਨੂੰ ਥੱਲੇ ਇੱਥੇ ਸੁੱਟ ਜਾਂਦੇ ਨੇ। ਦੱਸਿਆ ਜਾਂਦਾ ਹੈ ਕਿ ਇਹ ਜਿਹੜੀ ਚੋਰੀ ਹੈ ਲਗਭਗ 9 ਲੱਖ ਰੁਪਏ ਤੋਂ ਵੱਧ ਦੀ ਕੈਸ਼ ਦੀ ਚੋਰੀ ਹੈ। ਬੇਸ਼ੱਕ ਚਾਹੇ ਹਜੇ ਤੱਕ ਪੁਲਿਸ ਅਤੇ ਬੈਂਕ ਅਧਿਕਾਰੀਆਂ ਨੇ ਇਸ ਬਾਰੇ ਕੋਈ ਵੀ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਦੱਸਿਆ ਜਾ ਰਿਹਾ ਕਿ 9 ਲੱਖ ਤੋਂ ਵੱਧ ਦੀ ਚੋਰੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿਉਂਕਿ ਸਵਾਲ ਇੱਥੇ ਬਹੁਤ ਵੱਡਾ ਹੈ। ਇਸੇ ਬੈਂਕ ਦੇ ਵਿੱਚ, ਇਸੇ ਐਕਸਿਸ ਬੈਂਕ ਦੇ ਵਿੱਚ ਸਾਲ 2022 'ਚ ਸਤੰਬਰ ਮਹੀਨੇ 'ਚ ਵੀ ਇਸੇ ਦੀਵਾਰ ਤੋਂ ਚੋਰਾਂ ਨੇ ਸੰਨ ਲਗਾ ਕੇ ਚੋਰੀ ਕੀਤੀ ਸੀ ਔਰ ਉਦੋਂ ਤਕਰੀਬਨ 34 ਲੱਖ ਤੋਂ ਵੱਧ ਦਾ ਕੈਸ਼ ਚੁਰਾਇਆ ਸੀ। ਅੱਜ ਕੱਲ੍ਹ ਇੱਕ ਸਾਨੂੰ ਮੋਰਨਿੰਗ ਇੰਟੀਮੇਸ਼ਨ ਆਈ ਸੀ ਕੰਟਰੋਲ ਤੋਂ ਕਿ ਇਹ ਤਾਂ ਐਕਸਿਸ ਬੈਂਕ ਹੈਗਾ ਭਵਾਨੀਗੜ੍ਹ ਦੇ ਲਾਗੇ, ਉਹਨਾਂ ਦੀ ਕੰਧ ਪਾੜੀ ਪਈ ਹੈ ਅਤੇ ਜਿੱਥੇ ਜਦੋਂ ਅਸੀਂ ਮੌਕੇ 'ਤੇ ਆਣ ਕੇ ਅਸੀਂ ਦੇਖਿਆ ਤਾਂ ਕੰਧ ਬੈਕ ਸਾਈਡ ਤੋਂ ਕੰਧ ਪਾੜ ਕੇ ਅੰਦਰ ਐਂਟਰ ਕਰਕੇ ਜਿਹੜਾ ਇਹਨਾਂ ਦਾ ਹੈਗਾ ਹੈ ਆਪਣਾ ਸੇਫ ਜਿਹੜੀ ਇਹਨਾਂ ਦੀ ਸੇਫ ਸੀਗੀ ਉਹਨਾਂ ਨੂੰ ਕੱਟ ਕਰਕੇ ਸ਼ਾਰਪ ਬਲੇਡ ਦੇ ਨਾਲ ਅਤੇ ਉੱਥੋਂ ਪੈਸੇ ਲੈ ਕੇ ਗਏ ਨੇ ਅਤੇ ਉਹ ਚੀਜ਼ ਆਪਾਂ ਹੁਣ FIR ਰਜਿਸਟਰ ਕਰਤੀ ਹੈ ਅਤੇ ਇਨਵੈਸਟੀਗੇਸ਼ਨ ਜਾਰੀ। ਕੁਛ ਪਤਾ ਲੱਗ ਪਿਆ ਜੀ ਕਿੰਨਾ ਕੈਸ਼?
ਨਹੀਂ ਹਾਲੇ ਉਹ ਕਲੀਅਰ ਨਹੀਂ ਹੋ ਪਾਇਆ ਕਿਉਂਕਿ ਇਹਨਾਂ ਦੀ ਸਾਰੀਆਂ ਨੈੱਟ ਦੀ ਜਿੰਨੀਆਂ ਵੀ ਤਾਰਾਂ ਸੀਗੀਆਂ ਉਹ ਸਾਰੀਆਂ ਕੱਟ ਕਰਕੇ ਗਏ ਨੇ ਉਹ ਜਦੋਂ ਆਨ ਹੋਏਗਾ ਫਿਰ ਉਹ ਸਾਨੂੰ ਮੈਨੇਜਰ ਸਾਹਿਬ ਦੱਸਣਗੇ ਫਿਰ ਕਲੀਅਰ ਪੁਲਿਸ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ 2 ਸਾਲ ਪਹਿਲਾਂ ਸਤੰਬਰ ਦੇ ਵਿੱਚ 2022 'ਚ ਇਸੇ ਬੈਂਕ 'ਚ ਇਸੇ ਤਰ੍ਹਾਂ ਘਟਨਾ ਹੋਈ ਸੀ ਬੇਸ਼ੱਕ ਉਹ ਚੋਰ ਫੜੇ ਗਏ ਸੀ ਕੀ ਉਹਨਾਂ ਕੋਈ ਲਿੰਕਅਪ ਕਰ ਰਹੇ ਹੋ ਹਾਂਜੀ ਉਹ ਵੀ ਚੀਜ਼ ਵੈਰੀਫਾਈ ਕਰਦੇ ਪਏ ਹਾਂ ਉਦੋਂ ਹੋਇਆ ਸਤੰਬਰ ਮਹੀਨੇ ਦੇ ਵਿੱਚ ਇੱਥੇ ਚੀਜ਼ ਵਾਰਦਾਤ ਹੋਈ ਸੀ ਕਿਸੇ ਮੈਂ ਤਾਂ ਹੀ ਅਤੇ ਉਸ ਦੇ ਵਿੱਚ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਾਏਗਾ।